ਸੋ ਗਾਈਸ ਆਪਦੇ ਕੋਲ ਲਸਣ ਦੇ ਵਿੱਚ ਹੀ ਮੈਂ ਹਰੀਆਂ ਮਿਰਚਾਂ ਵਗੈਰਾ ਵੀ ਕੁੱਟ ਰਹੀ ਹਾਂ ਕਿਉਂਕਿ ਹਰੀਆਂ ਮਿਰਚਾਂ ਲਸਣ ਨੂੰ ਇਕੱਠੀਆਂ ਡਾਲ ਦੇਣੀਆਂ ਮੈਂ ਦੋਨੇ ਚੀਜ਼ਾਂ ਤੇ ਇਸ ਵਜ੍ਹਾ ਤੋਂ ਇੱਧਰ ਪਿਆਜ਼ ਵੀ ਬਰਾਉਨ ਹੋ ਰਿਹਾ ਵਾ ਆਹ ਦੇਖੋ ਇੰਨਾ ਜ਼ਿਆਦਾ ਬਰਾਉਨ ਹੋ ਗਿਆ ਗਾਈਸ ਆਹ ਦੇਖੋ ਨਾ ਹੁਣ ਚਾਵਲ ਨਾਮ ਦੇ ਹੋ ਰਿਹਾ ਨਾ ਆਹ ਬਿਲਕੁਲ ਤੇ ਚਾਵਲ ਇੱਦਾਂ ਹੋ ਜਾਣੇ ਆ ਤੇ ਨਾਮ ਦੇ ਇਹਨੂੰ ਨਾ ਸਾਰੇ ਨਾ ਮਤਲਬ ਕਿ ਇਹਨੂੰ ਨਾ ਪੋਣਾ ਜਾਂ ਜਿੱਦਾਂ ਵੀ ਮਤਲਬ ਕੱਪੜਾ ਵਗੈਰਾ ਹੈਲੋ ਗਾਈਸ ਅਸਲਾਮ ਵਾਲੇਕੁਮ ਵੈਲਕਮ ਬੈਕ ਟੂ ਅਨਦਰ ਵਲੌਗ तो जल्दी जल्दी देहाती फैमिली गैंग को ज्वाइन कर लो चैनल को सब्सक्राइब करके वीडियो को लाइक करके शेयर कर लो तो गाइस आज का व्लॉग शुरू करते हैं सही है अभी टाइम हो चुका है भाई शाम हो गई है मगरब होने वाली है मगरब हो ही गई है तकरीबन ठीक है और मम्मा इधर बैठे बनी क्या कर रहे हो मम्मा की कर रहे हो बिन्ना बना रही है ਬਿੰਨਾ ਬਿੰਨਾ ਇਹ ਬਿੰਨਾ ਕੀ ਹੁੰਦਾ ਵਾ ਪਹਿਲੇ ਇਹਨਾਂ ਦੱਸੋ ਇਹ ਬਿੰਨਾ ਇਹ ਹੁੰਦਾ ਵਾ ਇਹ ਸਿਰ ਦੇ ਉੱਤੇ ਰੱਖ ਕੇ ਨਾ ਮਮਾ ਇਹ ਕੀ ਹੁੰਦਾ ਵਾ ਇਹ ਸਿਰ ਦੇ ਉੱਤੇ ਰੱਖ ਕੇ ਨਾ ਪਾਣੀ ਟੋਕਰੀਆਂ ਵਗੈਰਾ ਸਹੀ ਹੈ ਸਹੀ ਹੈ ਗਾਈਸ ਮੰਮਾ ਤੋਂ ਬਿੰਨਾ ਬਣਾ ਰਹੀ ਹੈ ਠੀਕ ਹੈ ਹੱਥੋਂ ਕੇ ਸਾਥ ਹੀ ਇਹ ਦੇਖੇ ਇਸਕੋ ਰੈਡੀ ਕਰ ਰਹੀ ਹੈ ਸਹੀ ਹੈ ਅੱਛਾ ਖੈਰ ਆਪੀ ਦਿਖਾਤਾ ਹੂੰ ਆਪੀ ਕਿਆ ਕਰ ਰਹੀ ਹੈ ਭਾਈ ਜਾਨ ਕਿਆ ਕਰਨੇ ਲੱਗੀ ਹੋ ਅੱਜ ਚਾਵਲ ਪੱਕਣ ਲੱਗੀ ਆਏ ਹਾਏ ਹਾਏ ਮੇਰੀ ਫੇਵਰੇਟ ਚੀਜ਼ ਭਾਈ ਅੱਜ ਆਪੀ ਆਪ ਲੋਗੋ ਕੋ ਨਾ ਪੂਰੇ ਵਲੌਗ ਮੇ ਇੱਕ ਚੀਜ਼ ਲਾਜ਼ਮੀ ਦਿਖਾਏਗੀ ਕਿ ਭਾਈ ਹਮ ਗਾਉਂ ਮੇ ਕਿਸ ਤਰ੍ਹਾਂ ਕੇ ਚਾਵਲ ਬਣਾਤੇ ਕਿਉਂਕਿ ਮੁਝੇ 3 ਸੇ 4 ਕਮੈਂਟ ਆਏ ਤੇ ਕਿ ਭਾਈ ਆਹ ਚਾਵਲ ਕੀ ਰੈਸਿਪੀ ਕਿਉਂ ਨਹੀਂ ਬਤਾਤੇ ਹੋ ਮੈਂ ਬਤਾਉਂਗਾ ਇਨਸ਼ਾਅੱਲਾ ਸਹੀ ਹੈ ਲੇਕਿਨ ਖੈਰ ਮਜ਼ੇਦਾਰ ਨਹੀਂ ਹੋਤੇ ਇਹ ਪਹਿਲੀ ਬਤਾ ਦੂੰ ਮੈਂ ਆਪਕੋ ਹੁੰਦੇ ਬੰਦੇ ਚਲੇ ਠੀਕ ਹੈ ਖੈਰ ਦੇਖ ਲੈਤੇ ਆ ਆ ਵੈਸੇ ਵੀ ਕੁਕਿੰਗ ਅੱਛੀ ਕਰਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਤੂੰ ਤਾਰੀਫ ਨਹੀਂ ਕਰਦਾ ਉਹ ਲੱਗਦਾ ਓਏ ਹੋਏ 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 ਚਲੇ ਗਾਇਸ ਬਾਕੀ ਦੇਖਤੇ ਆ ਕਿ ਕਿਸ ਤਰ੍ਹਾਂ ਕੇ ਚਾਵਲ ਵਗੈਰਾ ਬਣਾਤੀ ਆਪੀ ਕਿਸ ਤਰ੍ਹਾਂ ਕੇ ਕਿਆ ਕਰਤੇ ਆ ਠੀਕ ਹੈ ਖੈਰ ਅਭੀ ਸਾਥ ਕੈਮਰਾ ਪਕੜੇਗਾ ਔਰ ਆਪੀ ਪੂਰੀ ਰੈਸਿਪੀ ਵਗੈਰਾ ਬਤਾਏਗੀ ਆਪਕੋ ਇਸ ਵਲੌਗ ਮੇ ਠੀਕ ਹੈ ਬਸ ਆਪ ਲੋਗੋ ਨੇ ਦਿਹਾਤੀ ਫੈਮਿਲੀ ਗੈਂਗ ਕੋ ਜੁਆਇਨ ਕਰਤੇ ਜਾਣਾ ਔਰ ਚੈਨਲ ਕੋ ਭਾਈ ਸਬਸਕ੍ਰਾਈਬ ਕਰਕੇ ਵੀਡੀਓ ਕੋ ਲਾਈਕ ਕਰਕੇ ਸਾਥ ਸਾਥ ਸ਼ੇਅਰ ਕਰਤੇ ਜਾਣਾ ਬਸ ਅਭੀ ਰੈਸਿਪੀ ਸਟਾਰਟ ਹੋਣੇ ਵਾਲੀ ਹੈ ਹੁਣ ਵਿੱਚ ਕੇ ਪਾ ਲਈਏ ਵਾਲੇ ਧਿਆਨ ਨਾ ਤੁਸੀਂ ਆਪਦੇ ਆਪਦੇ ਨਾ ਚਾਵਲਾਂ ਦੇ ਹਿਸਾਬ ਦੇ ਨਾਲ ਘੇ ਵਿੱਚ ਡਾਲਣਾ ਜਿੰਨੇ ਤੇ ਤੁਹਾਡੇ ਚਾਵਲ ਆ ਤੇ 1 ਕਿਲੋ ਪੋਣੇ ਆ 2 ਕਿਲੋ ਜਿੰਨੇ ਮਤਲਬ ਕਿ ਪੋਣੇ ਨਾ ਉਹਦੇ ਹਿਸਾਬ ਨਾਲ ਡਾਲਣਾ ਤੇ ਅਸੀਂ ਤੇ ਕਿਲੋ ਹੀ ਪੋਣੇ ਆ ਕਿਉਂਕਿ ਤੁਹਾਡੇ ਬੰਦੇ ਥੋੜੇ ਆ ਖਾਣ ਵਾਲੇ ਪਰ ਅਸੀਂ ਖਾਂਦੇ ਬਹੁਤ ਆ ਚਾਵਲ ਆ ਗਰਮ ਹੋ ਜਾਵੇ ਇੱਕ ਵਾਰੀ ਸਵਾਰ ਕੇ ਤੇ ਫਿਰ ਤੁਹਾਨੂੰ ਦੱਸਦੀ ਹਾਂ ਕਿ ਇਹਦੇ ਵਿੱਚ ਕੀ ਕਰਨਾ ਵਾ ਸੋ ਗਾਇਸ ਇੰਨਾ ਪਿਆਜ਼ ਬਰਾਉਨ ਹੋਣਾ ਚਾਹੀਦਾ ਤੁਹਾਡਾ ਹੁਣ ਇਹਦੇ ਵਿੱਚ ਡਾਲ ਰਹੇ ਹਾਂ ਆਹ ਟਮਾਟਰ ਸੋ ਗਾਈਸ ਅਸੀਂ ਬਣਾਉਣਗੇ ਪਲਾਓ ਤੇ ਵਿੱਚ ਗੋਸ਼ਤ ਬਣਾ ਬਣਾ ਹੁਣ ਉਹ ਵੀ ਸਾਫ਼ ਕਰਨਾ ਵਾ ਉਹ ਵੀ ਸਾਫ਼ ਕਰਕੇ ਉਹ ਵੀ ਤੁਹਾਨੂੰ ਮੈਂ ਦਿਖਾਉਂਦੀ ਹਾਂ ਇੱਕ ਇੱਥੇ ਅੱਗ ਬਾਲਣੀ ਬਹੁਤ ਮੁਸ਼ਕਿਲ ਕੰਮ ਆ
ਸੋ ਗਾਈਸ ਆ ਦੇਖੋ ਨਾ ਹੁਣ ਇੰਨਾ ਮਸਾਲਾ ਬਣ ਗਿਆ ਵਾ ਔਰ ਹੁਣ ਇਹਦੇ ਵਿੱਚ ਹੁਣੇ ਡੱਬਾ ਘਰ ਵਿੱਚ ਅਸੀਂ ਨਾ ਚਾਵਲਾ ਜਲਦੀ ਨਹੀਂ ਪਾਉਂਦੇ ਮਤਲਬ ਲਾਈਟ ਜਿਹਾ ਕਲਰ ਰਵੇ ਕਿਉਂਕਿ ਅਸੀਂ ਇਹਦੇ ਸਿਰਫ ਮਿਰਚਾਂ ਹਲਕਾ ਮਿਰਚਾਂ ਆਪਦੇ ਆਪਦੇ ਚਾਵਲ ਦੇ ਹਿਸਾਬ ਨਾਲ ਪਾ ਲਈਏ ਤੁਸੀਂ ਔਰ ਉਹਨਾਂ ਬਾਅਦ ਬਸ ਔਰ ਜਿਹੜੇ ਮਸਾਲੇ ਵਗੈਰਾ ਹਰ ਕੋਈ ਆਪਦੇ ਆਪਦੇ ਚਾਵਲ ਜਿੰਨੇ ਡਾਲਣੇ ਚਾਹੁੰਦੇ ਅਸੀਂ ਅਸੀਂ ਨਹੀਂ ਪਾਉਂਦੇ ਕਿਉਂਕਿ ਮੇਰੇ ਪਾਪਾ ਨੂੰ ਪਸੰਦ ਨਹੀਂ ਉਹ ਅਤੇ ਅਸੀਂ ਪਾਉਂਦੇ ਨਾ ਮੇਰੇ ਪਾਪਾ ਚਾਵਲ ਹੀ ਖਾਂਦੇ ਪਾਉਣੀ ਆ ਪਾਣੀ ਹੁਣ ਮੈਂ ਪਾਣੀ ਪਾ ਗਿਆ ਨਾ ਇਹ ਭੁੱਲ ਹੋ ਗਿਆ ਨਾ ਤੋ ਗਾਈ ਆਹ ਦੇਖੋ ਹੁਣ ਗੋਸ਼ਤ ਤੋਂ ਲਿਆਈਆਂ ਹੁਣ ਵਿੱਚ ਗੋਸ਼ਤ ਡਾਲ ਦੇਣਾ ਮੈਂ ਕਿਉਂਕਿ ਦੇਸੀ ਚਾਵਲ ਨਾ ਇਹ ਸਕਾਏ ਨੀ ਹੋਏ ਬਾਰਿਸ਼ਾਂ ਹੋ ਰਹੀਆਂ ਸੀ ਜਦੋਂ ਇੱਦਾਂ ਛੜਾ ਤੇ ਫਿਰ ਹੁਣ ਇਹਦੇ ਵਿੱਚ ਪਾਉਣੇ ਚਾਵਲ ਆਹ ਦੇਖੋ ਹੁਣ ਚਾਵਲ ਮੈਂ ਪਾਉਂਗੀ ਇਹਦੇ ਵਿੱਚ ਮੈਂ ਇੱਕ ਵਾਰੀ ਇੱਦਾਂ ਹੀ ਕਰ ਲੈਂਦੀ ਹਾਂ ਪਰ ਤੁਸੀਂ ਧਿਆਨ ਨਾ ਪਾਈਓ ਇਹ ਐਕਸਪੀਰੀਅੰਸ ਨਾਲ ਹੀ ਬੰਦਾ ਪਾ ਸਕਦਾ ਕਿਉਂਕਿ ਜਿਹੜਾ ਇੱਦਾਂ ਦੇ ਕੰਮਾਂ 'ਚ ਟ੍ਰੇਨ ਹੁੰਦਾ ਜਿਹਨੇ ਫਸਟ ਟਾਈਮ ਪਾਉਣੇ ਜਾਂ ਜਿੱਦਾਂ ਪਾਉਣੇ ਨਾ ਉਹਦੇ ਵਾਸਤੇ ਬਹੁਤ ਔਖਾ ਹੁੰਦਾ ਵਿੱਚ ਚਾਵਲ ਪਾਉਣੇ ਸਭ ਤੋਂ ਔਖਾ ਚਾਵਲਾਂ ਦਾ ਮੇਨ ਇਹੀ ਹੁੰਦਾ ਕਿ ਇਹਦੇ ਵਿੱਚ ਚਾਵਲ ਪਾਉਣੇ ਬਹੁਤ ਔਖਾ ਕੰਮ ਹੁੰਦਾ ਹੁਣ ਇਹਨਾਂ ਨੂੰ ਨਮ ਦੇਣਾ ਵਾ ਇਹਦੇ ਵਿੱਚ ਨਾ ਤੁਸੀਂ ਐਂਡ ਵਿੱਚ ਆਪਦਾ ਨਮਕ ਵਗੈਰਾ ਸਾਰੀਆਂ ਚੀਜ਼ਾਂ ਚੈੱਕ ਕਰ ਲਈਏ ਨਮਕ ਚੈੱਕ ਲਾਜ਼ਮੀ ਕਰੀਓ ਅਤੇ ਨਮਕ ਚੈੱਕ ਕਰੀਏ ਨਾ ਤੁਹਾਨੂੰ ਗਾਈਜ਼ ਆਹ ਦੇਖੋ ਨਾ ਹੁਣ ਚਾਵਲ ਨਮ ਦੇ ਹੋ ਰਿਹਾ ਨਾ ਆਹ ਬਿਲਕੁਲ ਅਤੇ ਚਾਵਲ ਇੱਦਾਂ ਹੋ ਜਾਣੇ ਆ ਅਤੇ ਨਮ ਦੇ ਇਹਨੂੰ ਨਾ ਸਾਰੇ ਨਾ ਮਤਲਬ ਕਿ ਇਹਨੂੰ ਨਾ ਪੋਣਾ ਜਾਂ ਜਿੱਦਾਂ ਵੀ ਮਤਲਬ ਕੱਪੜਾ ਵਗੈਰਾ ਵਾ ਉਹ ਨਾ ਉਹ ਤਾਂ ਰੱਖ ਨਾ ਟੱਕ ਕੇ ਮੈਨੂੰ ਦੇਖਿਓ ਕਿੱਦਾਂ ਇੱਦਾਂ ਨਾ ਦੇਣਾ ਚਾਹੀਦਾ ਵਾ ਇੱਦਾਂ ਨਾ ਮਤਲਬ ਕਿ ਬਿਲਕੁਲ ਸਹੀ ਔਰ ਚਾਵਲ ਵੀ ਐਨ ਸਹੀ ਹੁੰਦੇ ਚਾਵਲ ਮਤਲਬ ਇਕੱਲਾ ਇਕੱਲਾ ਚਾਵਲ ਹੋ ਜਾਂਦਾ ਵਾ ਬਸ ਇਹਨੂੰ ਮੈਂ ਨਾਮ ਦੇਣਗੀ ਹਾਂ ਹਿੰਮਤ ਕਰ ਜਲਦੀ ਕਰ ਨਾਮ ਨਾਮ ਹੁੰਦਾ ਵਾ ਦਮ ਨੀ ਚਲੋ ਨਾਮ ਦਮ ਜੋ ਵੀ ਆ ਅੱਛਾ ਪਾਪਾ ਸਹੀ ਕਹਿੰਦੇ ਸ਼ਾਇਦ ਮੈਂ ਗੱਲ ਕਰ ਰਹੀ ਉਹ ਤੋਂ ਬਾਅਦ ਇੱਥੇ ਨਾ ਹੈ ਗਾਇਦੇ ਦੇ ਉੱਤੇ ਸਾਰਾ ਕੁਝ ਰੱਖ ਦੇਣਾ ਇਹਨੇ ਘਰ ਦਾ ਕਿਨਾ ਮੈਂ ਤਾਂ ਕਹਿੰਦਾ ਪੇਟੀਆਂ ਵੀ ਚੱਕ ਕੇ ਲਿਆ ਕਰਾ ਦੇ ਉਹ ਜ਼ਿਆਦਾ ਭਾਰੀ ਹੋ ਜਾਣੀ ਆ ਜ਼ਿਆਦਾ ਇੱਕੋ ਵਾਰੀ ਹੋ ਜਾਊਗਾ ਨਾ ਚਾਵਲ ਨਹੀਂ ਉਹ ਇਦਾਂ ਨਹੀਂ ਹੁੰਦਾ ਉਹਦਾ ਵੀ ਤੇ ਰਹਿਣ ਵਾਲੀ ਕੱਚੇ ਰਹਿੰਦੇ ਆ ਮੈਂ ਹੁਣ ਦੇਖਿਆ ਜੇ ਤੇਰਾ ਮੂੰਹ ਦੇਖੀ ਤੋੜਦੀ ਇੰਨੀ ਗਰਮੀ ਚ ਆਪ ਕਾ ਲਵੇਂ ਤੇ ਉਹ ਵੀ ਬੜੀ ਗੱਲ ਆ ਉਹਦੇ ਵਿੱਚ ਨਾ ਆਗ ਸਾਰੀ ਨਿਕਾਲ ਦੇਣੀ ਬਸ ਐ ਮਮਾ ਪਕੜ ਲਿਆ ਗਾਈਸ ਅਭੀ ਅੰਧੇਰਾ ਹੋ ਗਿਆ ਮਮਾ ਇਹ ਦੇਖ ਅੰਧੇਰੇ ਮੈਂ ਭਾਈ ਖਜੂਰੇ ਖਾ ਰਹੀ ਸੀ ਮਮਾ ਬੰਦਾ ਸੁਲਾ ਮਾਰ ਲੈਂਦਾ ਹੈ ਖਾ ਲਾ ਇਹ ਕੀ ਹੈ ਬਾਅਦ ਚ ਪੁੱਛਣ ਨਾ ਇੱਦਾਂ ਨਹੀਂ ਹੁੰਦਾ ਇਹ ਤਾਂ ਹਾਂ ਹਾਂ ਆ ਗਿਆ ਆ ਗਿਆ ਆ ਗਿਆ ਆ ਗਿਆ ਗਾਈਸ ਆ ਦੇਖੋ ਨਾਮ ਪਟਣ ਗਿਆ ਨਾਮ ਪਟਣ ਗਿਆ ਦਮਾ ਨਾਮਾ ਜੋ ਵੀ ਸਮਝੋ ਕਮੈਂਟ ਵਿੱਚ ਸਹੀ ਦੱਸ ਦਿਓ ਪਾਪਾ ਨੇ ਕੀ ਕਿਹਾ ਸੀ ਅੱਬੂ ਨੇ ਦਮ ਕਿਹਾ ਸੀ ਤੁਸੀਂ ਨਾਮ ਕਹੋ ਜੋ ਵੀ ਕਹੋ ਆਏ ਹਾਏ 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 ਮਾਸ਼ਾਅੱਲਾ
ਦੇਖਣ ਨੂੰ ਤਾਂ ਬਸ ਇੱਦਾਂ ਹੀ ਸਹੀ ਲੱਗਦੇ ਆ ਪਰ ਖਾਣ ਨੂੰ ਕਿਸੇ ਕੰਮ ਦੇ ਨਹੀਂ ਹੁੰਦੇ ਇਹ ਗੱਲ ਮੈਂ ਕਲੀਅਰ ਕਰਦਾ ਨਹੀਂ ਨਹੀਂ ਸਹੀ ਹੋ ਗਿਆ ਚਮਚੇ ਨਾਲ ਖਿਲਾਣੇ ਸ਼ੁਰੂ ਕਰ ਦੇਣੇ ਮੈਂ ਸਹੀ ਹੋਵੇ ਚੱਲ ਵੀ ਚੱਲ ਬੋਟੀਆਂ ਕੱਢ ਕੇ ਮੇਰੀ ਪਲੇਟ ਮੈਂ ਸਾਰੀਆਂ ਪਾ ਦੇਵੀ ਸਹੀ ਆ ਬੋਟੀਆਂ ਪੱਕੀ ਗੱਲ ਕਹਿੰਦੇ ਨੇ ਆਪ ਹੀ ਖਾਣੀਆਂ ਮੈਨੂੰ ਇਹ ਗੱਲ ਦੀ ਹਾਂ ਨਹੀਂ ਨਹੀਂ ਭਾਈ ਸੋੜੀ 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 ਟਿਕਟੋਕ ਦਾ ਲਿੰਕ ਲੱਗਾ ਜਾ ਕੇ ਟਿਕਟੋਕ ਦੇ ਵੀਡੀਓ ਦੇਖੋ ਸਾਡੀ ਇੰਨੀ ਕੁੱਟ ਪੈਂਦੀ ਮੈਨੂੰ ਤੁਹਾਡੀ ਸੋਚ ਵੀ ਨਹੀਂ ਹੋਏ ਚਾਵਲ ਜਲਦੀ ਪਾ ਦੇ ਓਏ ਹੋਏ ਸਹੀ ਹੋਇਆ ਪਰੇਸ਼ਾਨ ਬੈਠਾ ਕੀ ਹੋ ਗਿਆ ਗਾਇਸ ਸਾਧ ਯਾਰ ਬੜਾ ਪਰੇਸ਼ਾਨ ਹੋ ਰਹੇ ਕਰ ਕੇ ਆ ਰਹੇ ਆ ਦੋਨੋਂ ਸਾਹ ਕੋਈ ਨੀ ਤੇਰੇ ਘਰ ਇੱਦਾਂ ਹੁੰਦਾ ਸਾਡੇ ਘਰ ਤਾਂ ਬਹੁਤੇ ਹੁੰਦਾ ਇੱਦਾਂ ਦੱਸਾਂ ਚੱਲ ਨਹੀਂ ਨਹੀਂ ਪਲੇਟਾਂ ਵੀ ਨਹੀਂ ਧੋਤੀਆਂ ਹੋਣੀਆਂ ਪੱਕੀ ਗੱਲ ਆ ਤੇਰਾ ਕੁਛ ਲੱਗਦਾ ਹਾਏ ਹਾਏ ਤੇਰਾ ਕੁਛ ਲੱਗਦਾ ਪਾਣੀ ਕਿੱਥੋਂ ਆਇਆ ਹਾਏ 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 ਬਸ ਸਾਧ ਨੂੰ ਬੋਟੀਆਂ ਪਾ ਲੈਣੇ ਸੀ ਸਾਧ ਮਹਿਮਾਨ ਆਇਆ ਵਾ ਸਾਧ ਬੋਟੀਆਂ ਖਾਣੀਆਂ ਤਾਂ ਦੱਸ ਦੇਵੀ ਕੋਈ ਸ਼ਰਮ ਸ਼ੁਰਮ ਨਹੀਂ ਕਰਨੀ ਇੱਥੇ ਸਹੀ ਆ ਕਿਉਂਕਿ ਇੱਥੇ ਸਾਡੇ ਵਰਗੇ ਇੱਦਾਂ ਦੇ ਆ ਕਿ ਤੂੰ ਨਾ ਮੰਗੀਆਂ ਬੋਟੀਆਂ ਤਾਂ ਤੈਨੂੰ ਮਿਲਣੀਆਂ ਵੀ ਨਹੀਂ ਉਹ ਇਹ ਹਿਸਾਬ ਆ ਸਹੀ ਆ ਸਾਰੀਆਂ ਖਾ ਜਾਣੀਆਂ ਮੰਮਾ ਨੇ ਅਤੇ ਈਸ਼ਾ ਨੇ ਮੈਂ ਮੈਨੂੰ ਫਿਰ ਵੀ ਨਹੀਂ ਲੱਭਣੀਆਂ ਬੇਸ਼ਾ 2 ਕਿਲੋ ਗੋਸ਼ਤ ਇੱਕ ਮਾਰੇ ਚਾਵਲ ਮੇਂ ਪਾ ਲਓ ਦੇਖ ਲਈ ਹੋ ਗਈ ਠੀਕ ਹੈ ਜੋ ਮੁਝੇ ਨਹੀਂ ਪਤਾ ਜਬ ਮੈਂ ਐਡਿਟ ਕਰੂੰਗਾ ਮੁਝੇ ਤਬ ਵੀ ਪਤਾ ਲੱਗੇਗਾ ਖੈਰ ਅੱਜ ਕੱਲ ਲੋਕ ਇੱਧਰ ਹੀ ਖਤਮ ਕਰਤੇ ਤਾਂ ਆਪ ਲੋਕਾਂ ਨੇ ਭਾਈ ਕਿਆ ਕਰਨਾ ਜਲਦੀ ਜਲਦੀ ਦਿਹਾਤੀ ਫੈਮਿਲੀ ਗੈਂਗ ਕੋ ਜੁਆਇਨ ਕਰਨਾ ਔਰ ਭਾਈ ਚੈਨਲ ਕੋ ਸਬਸਕ੍ਰਾਈਬ ਕਰਕੇ ਵੀਡੀਓ ਕੋ ਲਾਈਕ ਕਰਕੇ ਸ਼ੇਅਰ ਕਰਨਾ ਮਿਲਤਾ ਹੂੰ ਭਾਈ ਆਪਕੋ ਨੈਕਸਟ ਵਾਲੇ ਵਲੋਗ ਮੈਂ ਬਾਏ 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 ਆਪਣਾ ਖਿਆਲ ਰੱਖਣਾ ਯਾਰ ਖਿਆਲ ਰੱਖਣਾ ਮਿਲਤਾ ਹੂੰ ਆਪਕੋ ਕੱਲ ਵਾਲੇ ਬਾਏ